ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਵੀ ਪਹਿਲਾਂ ਵੀ ਇਸ 'ਚ ਕਈ ਵਾਰੀ ਚਲਾਨ ਆ ਚੁੱਕੇ ਆ, ਲੇਕਿਨ ਮਾਨਯੋਗ ਹਾਈ ਕੋਰਟ ਵੱਲੋਂ ਚਲਾਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਫਿਰ ਤੋਂ ਇਸ ਵਾਰੀ ਸਿੱਟ ਬਣਾ ਕੇ ਮਾਨਯੋਗ ਹਾਈ ਕੋਰਟ ਵੱਲੋਂ ਖਾਸ ਹਿਦਾਇਤ ਕੀਤੀ ਗਈ ਸੀ ਵੀ ਜਿਹੜੀ ਇਹ ਸਿੱਟ ਹੈਗੀ ਹੈ ਇਹ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਦੋਵੇਂ ਪਾਸਿਓਂ ਕਰੇਗੀ, ਜਿਹਦੇ ਵਿੱਚ ਕਿ ਭੀੜ ਦਾ ਪੱਖ ਵੀ ਸੁਣਿਆ ਜਾਵੇ ਔਰ ਪੁਲਿਸ ਵਾਲਿਆਂ ਦਾ ਪੱਖ ਵੀ ਸੁਣਿਆ ਜਾਵੇ। ਪਰ ਹੁਣ ਤੱਕ ਦੇ ਜਿੰਨੇ ਵੀ ਚਲਾਨ ਸਿੱਟ ਵੱਲੋਂ ਪੇਸ਼ ਕੀਤੇ ਗਏ ਹੈ ਉਸ ਵਿੱਚ ਫਿਰ ਪਿਛਲੀ ਵਾਰ ਦੀ ਤਰ੍ਹਾਂ ਹੀ ਸਾਰੀ ਗੱਜ ਜਿਹੜੀ ਹੈ ਪੁਲਿਸ ਵਾਲਿਆਂ ਤੇ ਸੁੱਟ ਕੇ ਜਿਹੜੇ ਅਸਲ ਦੋਸ਼ੀ ਹੈਗੇ ਆ, ਜਿਨ੍ਹਾਂ ਕਰਕੇ ਆਗਜਨੀ ਹੋਈ, ਜਿਨ੍ਹਾਂ ਕਰਕੇ ਮਾਹੌਲ ਖਰਾਬ ਹੋਇਆ, ਉਹਨਾਂ ਨੂੰ ਛੱਡ ਕੇ ਫਿਰ ਦੁਬਾਰਾ ਸਿੱਟ ਉਹੀ ਗਲਤੀਆਂ ਕਰ ਰਹੀ ਹੈ ਜੋ ਪਿਛਲੀ ਸਿੱਟ ਨੇ ਕੀਤੀਆਂ ਸੀਗੀਆਂ। ਇਸ ਵਿੱਚ ਹੁਣ ਗੁਰਦੀਪ ਸਿੰਘ ਵੱਲੋਂ ਅਸੀਂ ਇੱਕ ਐਪਲੀਕੇਸ਼ਨ ਲਗਾਈ ਗਈ ਹੈ ਜਿਸ ਵਿੱਚ ਜੇ ਤੁਸੀਂ ਇਸ ਦੀ ਵੀਡੀਓ ਤੁਹਾਡੇ ਚੈਨਲ ਤੇ ਕਾਫੀ ਵਾਰੀ ਚੱਲ ਚੁੱਕੀ ਹੈ, ਜਿਸ ਵਿੱਚ ਅਜੀਤ ਸਿੰਘ ਦੇ ਜਦੋਂ ਗੋਲੀ ਵੱਜਦੀ ਹੈ ਉਸ ਦਾ ਵੇਰਵਾ ਸਾਫ਼ ਨਜ਼ਰ ਆਉਂਦਾ ਹੈ, ਤਾਂ ਤੁਸੀਂ ਉਸ ਵੀਡੀਓ ਸਾਫ਼ ਦੇਖੋਗੇ ਕਿ ਜਿਹੜਾ ਅਜੀਤ ਸਿੰਘ ਆ ਉਹ ਜਿਹੜਾ ਹੈ ਪੁਲਿਸ ਦੀ ਮੂੰਹ ਕਰਕੇ ਖੜਾ ਹੈ ਤੇ ਉਹਦਾ ਜਿਹੜਾ ਖੱਬਾ ਪੱਠ ਹੈ ਉਹ ਪੁਲਿਸ ਵੱਲੀ ਹੈ ਤੇ ਉਹਦਾ ਸੱਜਾ ਪੱਠ ਹੈ ਜੋ ਭੀੜ ਵੱਲੀ ਹੈ। ਭੀੜ ਵੱਲੀ ਸੱਜਾ ਪੱਠ ਹੈ ਤੇ ਜਦੋਂ ਗੋਸ਼ ਦੇ ਗੋਲੀ ਵੱਜਦੀ ਹੈ ਤਾਂ ਉਹ ਪਹਿਲਾਂ ਉਹਦੇ ਸੱਜੇ ਪੱਟ ਵਿੱਚ ਵੱਜਦੀ ਹੈ ਤੇ ਖੱਬੇ ਪੱਟ ਵਿੱਚੋਂ ਨਿਕਲ ਜਾਂਦੀ ਹੈ। ਤੇ ਇਹ ਤੁਸੀਂ ਸੋਚ ਹੀ ਨਹੀਂ ਸਕਦੇ ਕਦੇ ਵੀ ਜੇ ਪੁਲਿਸ ਵਾਲੇ ਪਾਸੋਂ ਗੋਲੀ ਚੱਲੇਗੀ ਤਾਂ ਉਹ ਹਮੇਸ਼ਾ ਪਹਿਲਾਂ ਉਹਦੇ ਖੱਬੇ ਪੱਟ 'ਚ ਵੱਜੇਗੀ ਔਰ ਫਿਰ ਸੱਜੇ ਵੱਲ ਹੀ ਨਿਕਲੇਗੀ। ਪਰ ਇਸ ਦੇ ਜਿਹੜੀ ਸਿੱਟ ਨੇ ਹੈ ਫਿਰ ਤਫਤੀਸ਼ ਨੂੰ ਗੁੰਮਰਾਹ ਕੀਤਾ ਹੈ ਔਰ ਤਫਤੀਸ਼ ਫਿਰ ਗਲਤ ਤਰੀਕੇ ਨਾਲ ਕਰਕੇ ਫਿਰ ਇੱਕ ਝੂਠੀ ਕਹਾਣੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਰਿਗਾਰਡਿੰਗ ਅਸੀਂ ਮਜਿਸਟਰੇਟ ਸਾਹਿਬ ਨੂੰ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਜਿਸ 'ਚ ਅਸੀਂ ਇਹ ਤੱਥ ਸਾਹਮਣੇ ਲੈ ਕੇ ਆਉਂਦੇ ਹਾਂ। ਸਰ ਚਲਾਨਾਂ 'ਚ ਇੱਕ ਕਿਤੇ ਨਾ ਕਿਤੇ ਜ਼ਿਕਰ ਵੀ ਆਉਂਦਾ ਕਿ ਇੱਕ SLR ਜਿਹੜੀ ਪੁਲਿਸ ਵੱਲੋਂ ਖੋਈ ਗਈ ਸੀ ਪ੍ਰਦਰਸ਼ਨਕਾਰੀਆਂ ਵੱਲੋਂ ਜੀ, ਔਰ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਉਸ SLR 'ਚੋਂ ਜਿਹੜੀ ਗੋਲੀ ਚੱਲੀ। ਬਿਲਕੁਲ ਜੀ ਬਿਲਕੁਲ, ਇਹ ਇਸ ਤੇ ਵੀ ਜਿਹੜੀ ਸਿੱਟ ਦੀ ਹੁਣ ਦੀ ਰਿਪੋਰਟ ਹੈਗੀ ਆ ਉਸ 'ਚ ਵੀ ਇਹ ਸਾਰੀ ਰਿਪੋਰਟ ਇਸ ਚੀਜ਼ ਤੇ ਖਾਮੋਸ਼ ਹੈ। ਸਰ ਅਸੀਂ ਵੀ ਇਹੀ ਕਹਿੰਦੇ ਹਾਂ ਕਿਉਂਕਿ ਅਗਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਦੋ SLRs ਹੈਗੀਆਂ ਜਿਹੜੀਆਂ ਖੋਈਆਂ ਗਈਆਂ, ਇੱਕ ਰਸ਼ਪਾਲ ਸਿੰਘ ਦੀ ਤੇ ਇੱਕ SC ਕੁਲਵਿੰਦਰ ਸਿੰਘ ਦੀ, SC ਰਸ਼ਪਾਲ ਸਿੰਘ ਤੇ CT ਕੁਲਵਿੰਦਰ ਸਿੰਘ ਦੀ। ਉਸ ਵਿੱਚ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਸਾਫ਼ ਨਜ਼ਰ ਆ ਰਿਹਾ ਵੀ SLR ਖੋਣ ਵਾਲੇ ਬੰਦੇ ਇੱਕ ਫਰੀਦਕੋਟ ਰੋਡ ਵਾਲੀ ਸਾਈਡ ਭੱਜਦਾ ਤੇ ਇੱਕ ਮੁਕਤਸਰ ਰੋਡ ਵਾਲੀ ਸਾਈਡ ਭੱਜਦਾ ਹੈ, ਤੇ ਜੋ ਇਸ ਦੇ ਗੋਲੀ ਵੱਜਦੀ ਆ ਉਹ ਜੇ ਤੁਸੀਂ ਧਿਆਨ ਨਾਲ ਉਹਨੂੰ ਬਾਚੋਗੇ ਤਾਂ ਤੁਹਾਨੂੰ ਸਾਫ਼ ਪਤਾ ਲੱਗੇਗਾ ਜਿਹੜੀ ਇਹ ਗੋਲੀ ਅਜੀਤ ਸਿੰਘ ਦੇ ਵੱਜਦੀ ਹੈ ਇਹ ਮੁਕਤਸਰ ਰੋਡ ਵਾਲੀ ਸਾਈਡ ਤੋਂ ਫਾਇਰ ਹੋ ਕੇ ਇਸ ਦੇ ਗੋਲੀ ਵੱਜਦੀ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਗੋਲੀ। ਔਰ ਸਿੱਟ ਨੇ ਇਸ ਤੇ ਕੋਈ ਵੀ ਆਪਦੀ ਮਤਲਬ ਜਾਂਚ ਵਿੱਚ ਇਹ ਸਾਹਮਣੇ ਨਹੀਂ ਲੈ ਕੇ ਆਉਂਦਾ ਵੀ ਇਹ ਗੋਲੀ ਕਿਸ ਵੈਪਨ ਦੀ ਹੈ, ਤੇ ਸਾਨੂੰ ਮਤਲਬ ਹਲੇ ਤੱਕ ਚਲੋ ਫਿਰ ਵੀ ਇਹਨਾਂ ਵੱਲੋਂ ਜਾਂਚ ਚੱਲ ਰਹੀ ਹੈ, ਪਰ ਅਸੀਂ ਇਹ ਕਹਿਣਾ ਚਾਹ ਰਹੇ ਹਾਂ ਵੀ ਇਹ ਜਿਹੜੀ ਗੋਲੀ ਹੈ ਉਸੇ SLR ਵੱਲੋਂ ਚੱਲੀ ਹੋ ਸਕਦੀ ਹੈ ਔਰ ਇਹ ਪੁਲਿਸ ਵੱਲੋਂ ਨਹੀਂ ਚਲਾਈ ਗਈ ਹੈ। SLR ਕੋਲ ਦੀ ਗੱਲ ਕਰਤੀ ਉਹ ਸੀੜੀ ਨਾਲ ਲੱਗੀ ਦਾਲ ਸਿੰਘ ਦਿੱਤੀ ਹੈ। ਬਿਲਕੁਲ, ਜਿਹੜੀਆਂ ਇਹ ਵੀਡੀਓ ਜਿਨ੍ਹਾਂ ਤੇ ਅਸੀਂ ਇਹ ਰਿਲਾਈ ਅਪਾਉਣ ਕਰ ਰਹੇ ਹੈਗੇ ਜਾਂ ਜਿਨ੍ਹਾਂ ਦਾ ਅਸੀਂ ਵੇਰਵਾ ਹੁਣ ਦੇ ਰਹੇ ਹਾਂ ਇਹ ਸੀੜੀਆਂ ਸਿੱਟ ਵੱਲੋਂ ਹੀ ਪੇਸ਼ ਕੀਤੀਆਂ ਗਈਆਂ। ਹੁਣ ਜਿਹੜੀਆਂ ਐਪਲੀਕੇਸ਼ਨ ਪੁਲਿਸ ਮੁਲਾਜ਼ਮਾਂ ਵੱਲੋਂ ਲਾਈਆਂ ਜਾ ਰਹੀਆਂ ਜਿਸ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਜਿਹੜੇ ਪ੍ਰਦਰਸ਼ਨਕਾਰੀ ਹੈ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਪੁਲਿਸ ਤੇ ਹਮਲਾ ਕੀਤਾ ਗਿਆ ਸੀ, ਜਦਕਿ ਕਿਸੇ ਵੀ ਜਾਂਚ ਵਿੱਚ ਉਹਨਾਂ ਬਾਰੇ ਕੋਈ ਜ਼ਿਆਦਾ ਜਿਹੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜਾਂ ਸਿੱਟ ਵੱਲੋਂ ਕੋਈ ਉਹਨਾਂ ਖਿਲਾਫ਼ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਲਕੁਲ ਸਹੀ ਹੈ, ਇਹਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈਗਾ ਵੀ ਮਾਨਯੋਗ ਜਿਹੜੀ ਹਾਈ ਕੋਰਟ ਆ ਉਹਨਾਂ ਨੇ ਬੜੇ ਸਿੱਧੇ ਅਤੇ ਸਪਸ਼ਟ ਨਿਰਦੇਸ਼ ਦੇ ਦਿੱਤੇ ਸੀਗੇ ਵੀ ਜਿਹੜੀ ਜਾਂਚ ਹੈਗੀ ਆ ਉਹ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਉਸ ਵਿੱਚ ਸਾਰੀਆਂ ਧਿਰਾਂ ਦਾ ਹੱਕ ਪੂਰਨਾ ਪੈਣਾ ਹੈ। ਪਰ ਸਟਿਲ ਇਸ ਵਾਰੀ ਫਿਰ ਸਿੱਟ ਨੇ ਉਹੀ ਗਲਤੀ ਕੀਤੀ ਹੈ ਕਿ ਸਾਰੀ ਗੱਜ ਪੁਲਿਸ ਵਾਲਿਆਂ ਤੇ ਸੁੱਟ ਕੇ ਜਿਹੜੇ ਧਰਨਾਕਾਰੀ ਪ੍ਰਦਰਸ਼ਨਕਾਰੀ ਆ ਜਿਹੜੇ ਉਹਨਾਂ ਦੇ ਆਗੂ ਨੇ ਹੁਣ ਗੁਰਦੀਪ ਸਿੰਘ ਵੱਲੋਂ ਜਾਂ ਹੋਰ ਜਿਹੜੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਇੰਜਰੀਸ ਲਈਆਂ, ਜੇ ਤੁਸੀਂ ਦੇਖੋਗੇ ਤਾਂ ਰਸ਼ਪਾਲ ਸਿੰਘ ਆ ਜਿਹਦੇ ਸੱਟ ਹੈਗੀ ਆ ਉਹ ਸਾਰੀ ਉਮਰ ਲਈ ਨਕਾਰਾ ਹੋ ਗਿਆ, ਉਸ ਬੰਦੇ ਦਾ ਇਨਸਾਫ ਇਹ ਸਿੱਟ ਕਿਉਂ ਨਹੀਂ ਕਰ ਰਹੀ, ਕਿਉਂ ਨਹੀਂ ਦੱਸ ਰਹੇ ਵੀ ਉਹਦੀ ਜਿਹੜੀ ਸੱਟ ਵੱਜੀ ਆ ਉਹ ਕਿਸ ਧਰਨਾਕਾਰੀ ਵੱਲੋਂ ਮਰਾਈ ਗਈ ਆ, ਤੇ ਜਿਹੜੇ ਇਹਨਾਂ ਦੇ ਲੀਡਰ ਸੀਗੇ ਸਿੱਟ ਦੀ ਚਲਾਨ 'ਚ ਬਹੁਤ ਸਾਰੀ ਨਾਮ ਆਉਂਦਾ ਹੈਗਾ ਵੀ ਧਰਨਾਕਾਰੀਆਂ ਦੇ ਲੀਡਰ ਹੈ ਲੀਡਰ ਹੈ ਲੀਡਰ ਹੈ, ਲੇਕਿਨ ਉਹਨਾਂ 'ਚੋਂ ਇੱਕ ਵੀ ਲੀਡਰ ਜਿਹੜਾ ਇਸ ਮੂਵ ਨੂੰ ਜਿਹੜਾ ਇਹਨੂੰ ਕੰਟਰੋਲ ਕਰ ਰਿਹਾ ਹੈਗਾ ਉਹਨੂੰ ਕਿੱਥੇ ਇਹਨਾਂ ਨੇ ਮੁਲਜ਼ਮ ਬਣਾਇਆ ਹੈ। ਜੇ ਇਨਸਾਫ ਦਵਾਉਣਾ ਹੈ ਤਾਂ ਦੋਵੇਂ ਧਿਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਕਿਉਂ ਪੁਲਿਸ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਰਿਹਾ, ਕਿਉਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੁਣ ਰਸ਼ਪਾਲ ਸਿੰਘ ਨੇ ਅਰਜੀ ਲਾਈ ਹੈ, ਅੰਗਰੇਜ਼ ਸਿੰਘ ਨੇ ਅਰਜੀ ਲਾਈ ਹੈ, ਭੱਲਾ ਸਿੰਘ ਨੇ ਅਰਜੀ ਲਾਈ ਹੈ, ਤਿੰਨਾਂ ਦੇ ਗੰਭੀਰ ਸੱਟਾਂ ਹਨ। ਰਸ਼ਪਾਲ ਸਿੰਘ ਸਾਰੀ ਉਮਰ ਲਈ ਨਕਾਰਾ ਹੋ ਗਿਆ, ਲੇਕਿਨ ਸਿੱਟ ਇਸ ਗੱਲ ਨੂੰ ਫਿਰ ਅੱਖੋਂ ਪਰੋਖੇ ਕਰ ਰਹੀ ਹੈ ਵਾਰ ਵਾਰ। ਸਰ ਕਿਤੇ ਨਾ ਕਿਤੇ ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਸਿੱਟ ਨੇ ਇਹ ਵੀ ਗੱਲ ਕਹੀ ਕਿ ਉਸ ਵਕਤ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਜਾਂ ਪੁਲਿਸ ਮੁਲਾਜ਼ਮ ਸੀ ਉਹਨਾਂ ਵੱਲੋਂ ਸਹੀ ਜਾਂਚ ਜਾਂ ਪੜਤਾਲ ਨਹੀਂ ਕੀਤੀ ਗਈ ਜਾਂ ਉਸ ਲਈ ਜਿਹੜੀ ਕਾਰਵਾਈ ਹੋਣੀ ਚਾਹੀਦੀ ਸਹੀ ਤਰੀਕੇ ਨਾਲ ਉਹ ਪੁਲਿਸ ਮੁਲਾਜ਼ਮਾਂ ਵੱਲੋਂ ਨਹੀਂ ਕੀਤੀ ਗਈ। ਇਸ 'ਚ ਇਹ ਹੈ ਜੀ, ਜੋ ਪਹਿਲਾਂ ਵੀ ਇਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਰੀ ਗਲਤੀ ਪੁਲਿਸ ਦੀ ਹੈ, ਸਾਰੀ ਗਲਤੀ ਪੁਲਿਸ ਦੀ ਹੈ, ਵਾਰ ਵਾਰ ਇਹੀ ਰਾਗ ਲਾਪਿਆ ਜਾ ਰਿਹਾ। ਇਸ ਜਿਹੜਾ ਸਾਰਾ ਘਟਨਾਕ੍ਰਮ ਹੈ ਇਸ ਨੂੰ ਸਾਰਾ ਪੋਲੀਟੀਕਲ ਮਸਲਾ ਬਣਾਇਆ ਜਾ ਰਿਹਾ ਹੈਗਾ। ਦੇਖੋਗੇ ਤਾਂ ਪਹਿਲਾਂ ਵਾਲੀਆਂ ਸਿੱਟਾਂ ਨੇ ਵੀ ਇਸ ਹਿਸਾਬ ਨਾਲ ਤਾਂ ਗਲਤ ਕੀਤਾ ਹੈ, ਫਿਰ ਉਹਨਾਂ ਤੇ
ਨਤੀਜੇ ਤੇ ਪਹੁੰਚਣਾ ਮੁਸ਼ਕਿਲ ਹੈ ਜੀ, ਕਿਉਂਕਿ ਅਗਰ ਸਾਨੂੰ ਇਨਸਾਫ ਨਹੀਂ ਮਿਲੇਗਾ ਤਾਂ ਫਿਰ ਅਸੀਂ ਹਾਈ ਕੋਰਟ ਦਾ ਦਰਵਾਜ਼ੇ ਤੇ ਖਟਖਟਾਵਾਂਗੇ, ਕਿਉਂਕਿ ਪਹਿਲਾਂ ਵੀ ਮਾਣਯੋਗ ਹਾਈ ਕੋਰਟ ਨੇ ਹੀ ਇਹਨਾਂ ਨੂੰ ਬਚਾਇਆ ਸੀਗਾ ਔਰ ਇਹਨਾਂ ਦੀ ਜਿਹੜੀ ਜਾਂਚ ਆ ਉਸ ਨੂੰ ਸਹੀ ਤਰੀਕੇ ਨਾਲ ਕਰਨ ਲਈ ਹੁਕਮ ਦਿੱਤੇ ਸਨ।